ਦੋ ਸਿੱਖ ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਤੇ ਦੱਸਦੀ ਹੈ ਕਿ ਹੁਣ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਈ ਸਵਾਲਾਂ ਉਹ ਵੀ ਕੀਤੇ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਜੱਜਾਂ ਵਰਜੋਂ ਦੋ ਸਿੱਖ ਵਕੀਲਾਂ ਦੀ ਨਿਯੁਕਤੀ ਨਾ ਕੀਤੇ ਜਾਣ ਤੇ ਕੇਂਦਰ ਨੂੰ ਸਵਾਲ ਕੀਤਾ ਹੈ ਸਿੱਖਾਂ ਨਾਲ ਇਹ ਵਤੀਰਾ ਅਤੇ ਬੇਇਨਸਾਫੀ ਉੱਚ ਨਿਆਂਪਾਲਿਕਾ ਵਿੱਚ ਸਿੱਖਾਂ ਦੀ ਮੌਜੂਦਗੀ ਨੂੰ ਹੌਲੀ-ਹੌਲੀ ਘਟਾਉਣ ਲਈ ਕੇਂਦਰ ਦੇ ਇੱਕ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਦੇ ਸੰਵਿਧਾਨਿਕ ਹੱਕ ਨੂੰ ਨਕਾਰੇ ਜਾਣ ਤੇ ਭਾਜਪਾ ਦੇ ਆਗੂ ਅਤੇ ਸਿੱਖ ਚਿਹਰੇ ਚੁੱਪ ਹਨ ਇਸ ਅਹਿਮ ਮੁੱਦੇ ਉੱਤੇ ਸਨਾਟਾ ਕਿਉਂ ਹੈ ਲੋਕਾਂ ਦੇ ਮੋਹਤਬਰ ਕਮਾਉਣ ਵਾਲੇ ਆ ਆਗੂ ਅਤੇ ਭਾਜਪਾ ਆਗੂ ਹੁਣ ਬੋਲਦੇ ਕਿਉਂ ਨਹੀਂ ਦਿੱਲੀ ਤੇ ਚੱਲਣ ਵਾਲੀਆਂ ਪਾਰਟੀਆਂ ਹਮੇਸ਼ਾ ਸਿੱਖ ਹਿੱਤਾਂ ਦੇ ਖਿਲਾਫ ਚੱਲੀਆਂ ਹਨ ਪਰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਵੱਲੋਂ ਹੋਣ ਵਾਲੇ ਹਰ ਵਤੀਰੇ ਦੀ ਤਰ੍ਹਾਂ ਇਸ ਤੱਕੇ ਖਿਲਾਫ ਵੀ ਆਵਾਜ਼ بلند ਕਰਦਾ ਹੋਇਆ ਕਾਨੂੰਨੀ ਹੱਕ ਦਿੱਤੇ ਜਾਣ ਲਈ ਡਟ ਕੇ ਲੜਾਈ ਲੜੇਗਾ ਦੱਸਦੀ ਹੈ ਕਿ ਇਹ ਜਿਹੜਾ ਟਵੀਟ ਆ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਤੇ ਸਿੱਖ ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾਦੇਗੇ ਨੇ ਹਣ ਤੇ ਕੇਂਦਰ ਨੂੰ ਸਵਾਲ ਕੀਤਾ ਹੈ ਸਿੱਖਾਂ ਨਾਲ ਇਹ ਵਤੀਰਾ ਅਤੇ ਬੇਇਨਸਾਫੀ ਉੱਚ ਨਿਆਂਪਾਲਿਕਾ ਵਿੱਚ ਸਿੱਖਾਂ ਦੀ ਮੌਜੂਦਗੀ ਨੂੰ ਹੌਲੀ-ਹੌਲੀ ਘਟਾਉਣ ਲਈ ਕੇਂਦਰ ਦੇ ਇੱਕ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਦੇ ਸੰਵਿਧਾਨਿਕ ਹੱਕ ਨੂੰ ਨਕਾਰੇ ਜਾਣ ਤੇ ਭਾਜਪਾ ਦੇ ਆਗੂ ਅਤੇ ਸਿੱਖ ਚਿਹਰੇ ਚੁੱਪ ਹਨ ਇਸ ਅਹਿਮ ਮੁੱਦੇ ਉੱਤੇ ਸਨਾਟਾ ਕਿਉਂ ਹੈ ਲੋਕਾਂ ਦੇ ਮਹਤਵਰ ਅਖਮਾਉਣ ਵਾਲੇ ਆਪ ਆਗੂ ਅਤੇ ਭਾਜਪਾ ਆਗੂ ਹੁਣ ਬੋਲਦੇ ਕਿਉਂ ਨਹੀਂ ਦਿੱਲੀ ਤੇ ਚੱਲਣ ਵਾਲੀਆਂ ਪਾਰਟੀਆਂ ਹਮੇਸ਼ਾ ਸਿੱਖ ਹਿੱਤਾਂ ਦੇ ਖਿਲਾਫ ਚੱਲੀਆਂ ਹਨ ਪਰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਵੱਲੋਂ ਹੋਣ ਵਾਲੇ ਹਰ ਵਤੀਰੇ ਦੀ ਤਰ੍ਹਾਂ ਇਸ ਤੱਕੇ ਖਿਲਾਫ ਵੀ ਆਵਾਜ਼ بلند ਕਰਦਾ ਹੋਇਆ ਕਾਨੂੰਨੀ ਹੱਕ ਦਿੱਤੇ ਜਾਣ ਲਈ ਡਟ ਕੇ ਲੜਾਈ ਲੜੇਗਾ ਦੱਸ ਦਈਏ ਕਿ ਇਹ ਜਿਹੜਾ ਟਵੀਟ ਆ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਤੇ ਸਿੱਖ ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾਦੇਗੇ ਨੇ ਹਣ ਤੇ ਕੇਂਦਰ ਨੂੰ ਸਵਾਲ ਕੀਤਾ ਹੈ ਸਿੱਖਾਂ ਨਾਲ ਇਹ ਵਤੀਰਾ ਅਤੇ ਬੇਇਨਸਾਫੀ ਉੱਚ ਨਿਆਂਪਾਲਿਕਾ ਵਿੱਚ ਸਿੱਖਾਂ ਦੀ ਮੌਜੂਦਗੀ ਨੂੰ ਹੌਲੀ-ਹੌਲੀ ਘਟਾਉਣ ਲਈ ਕੇਂਦਰ ਦੇ ਇੱਕ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਦੇ ਸੰਵਿਧਾਨਿਕ ਹੱਕ ਨੂੰ ਨਕਾਰੇ ਜਾਣ ਤੇ ਭਾਜਪਾ ਦੇ ਆਗੂ ਅਤੇ ਸਿੱਖ ਚਿਹਰੇ ਚੁੱਪ ਹਨ ਇਸ ਅਹਿਮ ਮੁੱਦੇ ਉੱਤੇ ਸਨਾਟਾ ਕਿਉਂ ਹੈ ਲੋਕਾਂ ਦੇ ਮੋਹਤਬਰ ਕਮਾਉਣ ਵਾਲੇ ਆ ਆਗੂ ਅਤੇ ਬੀਜੇਪੀ ਆਗੂ ਹੁਣ ਬੋਲਦੇ ਕਿਉਂ ਨਹੀਂ ਦਿੱਲੀ ਤੇ ਚੱਲਣ ਵਾਲੀਆਂ ਪਾਰਟੀਆਂ ਹਮੇਸ਼ਾ ਸਿੱਖ ਹਿੱਤਾਂ ਦੇ ਖਿਲਾਫ ਚੱਲੀਆਂ ਹਨ ਪਰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਵੱਲੋਂ ਹੋਣ ਵਾਲੇ ਹਰ ਵਤੀਰੇ ਦੀ ਤਰ੍ਹਾਂ ਇਸ ਤੱਕੇ ਖਿਲਾਫ ਵੀ ਆਵਾਜ਼ بلند ਕਰਦਾ ਹੋਇਆ ਕਾਨੂੰਨੀ ਹੱਕ ਦਿੱਤੇ ਜਾਣ ਲਈ ਡਟ ਕੇ ਲੜਾਈ ਲੜੇਗਾ ਦੱਸਦੀ ਹੈ ਕਿ ਇਹ ਜਿਹੜਾ ਟਵੀਟ ਆ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਤੇ ਸਿੱਖ ਵਕੀਲਾ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾ ਦੇਗੇਗੇ